ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਨਵਾਂ ਸ਼ਹਿਰ ਦੇ ਬੰਗਾ ਡਿਵੀਜ਼ਨ ਦੇ ਥਾਣਾ ਮੁਕੰਦਪੁਰ ਚ ਤੈਨਾਤ ASI ਪੋਲਾ ਅਮਰ ਰਾਣਾ, ਜੋ ਹੁਣ ਲੋਕਲ ਤੌਰ ਤੇ ਸਬ ਇੰਸਪੈਕਟਰ ਤੈਨਾਤ ਸੀ, ਉਸਨੇ ਆਪਣੀ ਰਿਵੋਲਵਰ ਨਾਲ ਹੀ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਲੇਕਿਨ ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚੱਲ ਪਾਇਆ। ਮ੍ਰਿਤਕ ਦੀ ਦੇਹ ਬੰਗਾ ਦੇ ਸਿਵਲ ਹਸਪਤਾਲ ਚ ਰਖਵਾ ਦਿੱਤੀ ਗਈ ਹੈ। ਜਾਣਕਾਰੀ ਮੁਤਾਬਿਕ ਮ੍ਰਿਤਕ ਪੁਲਿਸ ਅਧਿਕਾਰੀ ਨੇ ਸਵੇਰੇ ਹੀ ਆਪਣੀ ਸਰਕਾਰੀ ਰਵਾਇਤ ਨਾਲ ਦੋ ਗੋਲੀਆਂ ਮਾਰ ਕੇ ਆਤਮ ਹੱਤਿਆ ਕਰ ਲਈ, ਜਿਸ ਚ ਇੱਕ ਗੋਲੀ ਉਸਦੇ ਸਿਰ ਤੇ ਅਤੇ ਇੱਕ ਲੱਤ ਤੇ ਲੱਗੀ, ਜਿਸ ਦੇ ਚਲਦੇ ਉਸਦੀ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਧਾਰਾ 174 ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਮ੍ਰਿਤਕ ਪੋਲਾ ਅਮਰ ਰਾਣਾ, ਜੋ ਕਿ ਬੰਗਾ ਸ਼ਹਿਰ ਚ ਆਪਣੇ ਪਰਿਵਾਰ ਨਾਲ ਰਹਿ ਰਿਹਾ ਸੀ। ਜਿਤਰਾ ਸਰ, ਪੁਲਿਸ ਦੇ ਮੇਰੇ ਲਈ ਇਨਕੁਆਇਰੀ ਅਸੀਂ ਕੀਤੀ ਹੈ ਜੀ, ਕੰਡਕਟ ਕਰ ਰਹੇ ਹਾਂ ਇਨਵੈਸਟੀਗੇਸ਼ਨ। ਉਹਦੇ ਵਿੱਚ ਫਿਲਹਾਲ ਇਹੀ ਚੀਜ਼ ਸਾਹਮਣੇ ਆਈ ਹੈ ਕਿ ਇਹ ਐਕਸੀਡੈਂਟਲ ਫਾਇਰ ਸਾਨੂੰ ਸਾਹਮਣੇ ਆ ਰਿਹਾ ਹੈ। ਬਾਕੀ ਜੋ ਅੱਗੇ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਊਗਾ, ਅਸੀਂ ਉਹਦੇ ਅਕੋਰਡਿੰਗਲੀ ਉਹਦੇ ਵਿੱਚ ਕਾਰਵਾਈ ਕਰ ਦੇਵਾਂਗੇ ਜੀ। ਕਿੰਨੀ ਗੋਲੀਆਂ ਲੱਗੀਆਂ ਜੀ? ਉਹ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਅਸੀਂ ਤੁਹਾਨੂੰ ਕਲੀਅਰ ਦੱਸ ਸਕਾਂਗੇ ਜੀ। ਜਿਹੜੇ ਵੈਪਨ ਇਹਨਾਂ ਨੇ ਗੋਲੀ ਚਲਾਈ, ਉਹ ਆਪਣਾ ਇਹਨਾਂ ਦਾ ਪਰਸਨਲ ਸੀ ਜਾਂ ਸਰਕਾਰੀ ਸੀਗਾ ਜੀ? ਇਹ ਸਰਕਾਰੀ 9mm ਪਿਸਟਲ ਸੀਗਾ ਜੀ, ਜਿਹਨਾਂ ਇਹਨਾਂ ਦੇ ਗੋਲੀ ਲੱਗੀ ਹੈ ਜੀ। ਕਿੱਥੇ ਤੈਨਾਤ ਸੀ? ਇਹ ਮੁਕੰਦਪੁਰ ਥਾਣੇ ਦੇ ਵਿੱਚ ਡਿਊਟੀ ਕਰ ਰਹੇ ਸੀ, ਡਿਊਟੀ ਨਿਭਾ ਰਹੇ ਸੀਗੇ ਜੀ। ਬਤੌਰ ਸਬ ਇੰਸਪੈਕਟਰ ਰੈਂਕ 'ਤੇ ਇਹ ਡਿਊਟੀ ਕਰ ਨਿਭਾ ਰਹੇ ਸੀਗੇ ਜੀ। ਹੁਣ ਕੀ ਕਾਰਵਾਈ ਹੋ ਰਹੀ ਹੈ? ਅਸੀਂ ਫਿਲਹਾਲ 174 ਦੀ ਕਾਰਵਾਈ ਅਸੀਂ ਇਨੀਸ਼ੀਏਟ ਕਰ ਦਿੱਤੀ ਹੈ ਜੀ, ਅਤੇ ਉਹ ਤੋਂ ਬਾਅਦ ਜੋ ਅਕੋਰਡਿੰਗ ਟੂ ਜੋ ਨਵੇਂ ਤੱਥ ਸਾਹਮਣੇ ਆਉਣਗੇ ਉਹਦੇ ਅਕੋਰਡਿੰਗਲੀ ਅਸੀਂ ਅੱਗੇ ਕਾਰਵਾਈ ਅਮਲ ਵਿੱਚ ਲਿਆ ਦੇਵਾਂਗੇ ਜੀ। ਪਰਿਵਾਰਕ ਮੈਂਬਰ ਇਹਨਾਂ ਦੀ ਇੱਕ ਵਾਈਫ ਹੈ ਜੀ, ਦੋ ਬੱਚੇ ਨੇ, ਇੱਕ ਬੇਟੀ ਅਤੇ ਇੱਕ ਬੇਟਾ ਜੀ। ਐਕਸੀਡੈਂਟਲ ਫਾਇਰ ਹੈਗਾ ਜੀ ਇਹ। ਅਸੀਂ ਉਹੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਜੀ, ਜੋ ਉਹਦੇ ਵਿੱਚ ਸਾਹਮਣੇ ਆਊਗਾ ਅਸੀਂ ਤੁਹਾਨੂੰ ਰਿਪੋਰਟ ਕਰ ਦੇਵਾਂਗੇ। ਪਿਸਟਲ ਕਬਜ਼ੇ 'ਚ ਲੈ ਲਿਆ ਗਿਆ ਜੀ। ਨਹੀਂ ਜੀ, ਫਿਲਹਾਲ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਵਿੱਚ ਇਹ ਸਭ ਚੀਜ਼ ਸਾਹਮਣੇ ਆਈ ਕਿ ਐਕਸੀਡੈਂਟਲ ਫਾਇਰ ਹੈ, ਜੋ ਬਾਅਦ 'ਚੋਂ ਜੋ ਸਾਹਮਣੇ ਚੀਜ਼ ਆਊਗੀ ਉਹਦੇ ਅਕੋਰਡਿੰਗਲੀ ਅਸੀਂ ਕਾਰਵਾਈ ਕਰ ਦੇਵਾਂਗੇ। ਉਹ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਜੀ, ਜੋ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਆ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਜੀ, ਜੋ ਅਕੋਰਡਿੰਗ ਟੂ ਇਨਵੈਸਟੀਗੇਸ਼ਨ ਹੈ ਅਸੀਂ ਉਹ ਤੁਹਾਨੂੰ ਕਰਕੇ ਦੱਸ ਦੇਵਾਂਗੇ ਜੀ। ਉਹਦੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ, ਤੁਹਾਨੂੰ ਅਸੀਂ ਬਾਅਦ 'ਚੋਂ ਕਲੈਰੀਫਾਈ ਕਰਕੇ ਦੱਸਾਂਗੇ। ਥੈਂਕ ਯੂ ਵੈਰੀ ਮੱਚ। ਬੰਗਾ ਤੋਂ ਜਤਿੰਦਰਪਾਲ ਸਿੰਘ ਕਲੇਰ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।